ਪਰਿਵਾਰਿਕ ਮੈਂਬਰ ਗੋਦੀ 'ਚ ਬਿਠਾ ਕੇ ਦਵਾਉਂਦੇ ਨੇ ਆਸ਼ੀਰਵਾਦ। 4 ਸਾਲ ਦੀ ਬੱਚੀ ਤੋਂ ਆਸ਼ੀਰਵਾਦ ਲੈਣ ਦੀ ਵੀ ਲੋਕਾਂ ਦਾ ਦਾਅਵਾ, ਬਿਮਾਰੀਆਂ ਹੁੰਦੀਆਂ ਨੇ ਠੀਕ ਇਸ ਬੱਚੀ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ। ਅੰਧ ਵਿਸ਼ਵਾਸ ਦਾ ਖੇਡ ਫਾਜ਼ਿਲਕਾ ਦੇ ਕੋਲ ਚੱਲ ਰਿਹਾ ਅਤੇ ਬੱਚੀ ਕੋਈ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਨੇ। ਅੰਧ ਵਿਸ਼ਵਾਸ ਦਾ ਇਹ ਖੇਡ ਫਾਜ਼ਿਲਕਾ ਦੇ ਕੋਲ ਚੱਲ ਰਿਹਾ, ਜਿੱਥੇ ਪਰਿਵਾਰਿਕ ਮੈਂਬਰ ਗੋਦੀ 'ਚ ਬਿਠਾ ਕੇ ਦਵਾਉਂਦੇ ਨੇ ਆਸ਼ੀਰਵਾਦ ਬੱਚੀ ਕੋਲੋਂ। ਭਾਰੀ ਗਿਣਤੀ 'ਚ ਲੋਕ ਇੱਥੇ ਪਹੁੰਚ ਰਹੇ ਨੇ ਅਤੇ ਅੰਧ ਵਿਸ਼ਵਾਸ ਦਾ ਖੇਡ ਜੋ ਹੈ ਫਾਜ਼ਿਲਕਾ 'ਚ ਚੱਲ ਰਿਹਾ ਹੈ। ਲੋਕਾਂ ਦਾ ਦਾਅਵਾ, ਬਿਮਾਰੀਆਂ ਹੁੰਦੀਆਂ ਨੇ ਠੀਕ ਇਸ ਬੱਚੀ ਦੇ ਆਸ਼ੀਰਵਾਦ ਤੋਂ। 2 ਮਹੀਨਿਆਂ ਤੋਂ ਚੱਲ ਰਿਹਾ ਅੰਧ ਵਿਸ਼ਵਾਸ ਦਾ ਇਹ ਖੇਡ, ਵੱਡੀ ਗਿਣਤੀ 'ਚ ਲੋਕ ਇਸ ਬੱਚੀ ਦੇ ਕੋਲ ਆਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੇ ਨੇ। 4 ਸਾਲ ਦੀ ਇਹ ਬੱਚੀ ਜਿਸ ਤੋਂ ਆਸ਼ੀਰਵਾਦ ਹਾਸਲ ਕਰਨ ਦੀ ਭੀੜ ਲੱਗੀ ਹੋਈ ਹੈ ਲੋਕਾਂ ਦੀ। ਫਾਜ਼ਿਲਕਾ 'ਚ ਅੰਧ ਵਿਸ਼ਵਾਸ ਦਾ ਖੇਡ ਜੋ ਹੈ ਉਹ ਖੇਡਿਆ ਜਾ ਰਿਹਾ ਹੈ। 4 ਸਾਲ ਦੀ ਬੱਚੀ ਤੋਂ ਆਸ਼ੀਰਵਾਦ ਹਾਸਲ ਕਰਨ ਦੀ ਭੀੜ, ਵੱਡੀ ਗਿਣਤੀ 'ਚ ਲੋਕ 4 ਸਾਲ ਦੀ ਬੱਚੀ ਤੋਂ ਆਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੇ ਨੇ। ਪਰਿਵਾਰਿਕ ਮੈਂਬਰ ਗੋਦੀ 'ਚ ਬਿਠਾ ਕੇ ਦਵਾਉਂਦੇ ਨੇ ਇਸ ਬੱਚੀ ਤੋਂ ਆਸ਼ੀਰਵਾਦ। ਲੋਕਾਂ ਦਾ ਦਾਅਵਾ ਕਿ ਬਿਮਾਰੀਆਂ ਇਸ ਬੱਚੀ ਦੇ ਆਸ਼ੀਰਵਾਦ ਨਾਲ ਠੀਕ ਹੋ ਜਾਂਦੀਆਂ ਨੇ। ਸੋ 2 ਮਹੀਨਿਆਂ ਤੋਂ ਅੰਧ ਵਿਸ਼ਵਾਸ ਦਾ ਇਹ ਖੇਡ ਚੱਲ ਰਿਹਾ ਹੈ, ਅੰਧ ਵਿਸ਼ਵਾਸ ਦਾ ਇਹ ਖੇਡ ਜਾਰੀ ਹੈ। 4 ਸਾਲ ਦੀ ਬੱਚੀ ਤੋਂ ਆਸ਼ੀਰਵਾਦ ਦਵਾਇਆ ਜਾਂਦਾ ਹੈ। ਇਸੇ ਤੋਂ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਵਾਸੂ ਮੰਚਾਂਦਾ ਜੁੜ ਗਏ ਨੇ। ਵਾਸੂ ਤੌਰ ਤੋਂ ਜਾਣਨਾ ਚਾਹਾਂਗੇ, 4 ਸਾਲ ਦੀ ਬੱਚੀ ਜੋ ਕਿ ਆਸ਼ੀਰਵਾਦ ਦਿੰਦੀ ਹੈ ਫਾਜ਼ਿਲਕਾ ਦੇ ਕੋਲ, ਅੰਧ ਵਿਸ਼ਵਾਸ ਦਾ ਖੇਡ ਚੱਲ ਰਿਹਾ ਹੈ, ਕੀ ਕੋਈ ਜਾਣਕਾਰੀ ਇਸ ਤੇ? ਬਿਲਕੁਲ ਸਰਨ, ਜਿਵੇਂ ਕਿ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ, ਤੁਸੀਂ ਵੀ ਵੇਖ ਪਾ ਰਹੇ ਹੋਗੇ ਕਿ ਜਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋ ਰਹੇ ਨੇ। ਫਾਜ਼ਿਲਕਾ ਦੇ ਨੇੜੇ ਇੱਥੇ ਇੱਕ ਪਿੰਡ ਪੈਂਦਾ ਹੈ ਜਿਹਦੇ ਪੰਜਾਬ ਤੇ ਰਾਜਸਥਾਨ ਦਾ ਬਾਰਡਰ ਹੈਗਾ, ਔਰ ਦੂਰ ਦੁਰਾਡੇ ਉਹ ਜਿਹੜੇ ਲੋਕ ਨੇ ਇੱਥੇ ਪਹੁੰਚ ਰਹੇ ਨੇ ਇਸ 4 ਸਾਲ ਦੀ ਬੱਚੀ ਤੋਂ ਆਸ਼ੀਰਵਾਦ ਹਾਸਲ ਕਰਨ ਦੇ ਲਈ। ਔਰ ਇਸ ਭੀੜ ਦੇ ਵਿੱਚ ਮਹਿਲਾਵਾਂ ਵੀ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਔਰ ਖਾਸ ਤੌਰ ਤੇ ਜਿਹੜੇ ਉਹ ਵਾਲੇ ਲੋਕ ਹੈਗੇ ਨੇ ਜਿਹੜੇ ਕਿਸੇ ਬਿਮਾਰੀ ਤੋਂ ਪੀੜਤ ਹੈਗੇ ਨੇ, ਕਿਸੇ ਤੋਂ ਜਿਹੜੇ ਕੋਈ ਸਪੈਸ਼ਲ ਐਬਿਲਿਟੀ ਹੈਗੀ, ਡਿਸਐਬਿਲਿਟੀ ਹੈਗੀ ਹੈ, ਉਹ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ। ਔਰ ਇਸ ਨੂੰ ਅੰਧ ਵਿਸ਼ਵਾਸ ਹੀ ਕਿਹਾ ਜਾ ਸਕਦਾ ਹੈ ਕਿ 4 ਸਾਲ ਦੀ ਬੱਚੀ ਕੋਲੋਂ ਆਸ਼ੀਰਵਾਦ ਲੈ ਕੇ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਔਰ ਆਸ਼ੀਰਵਾਦ ਲੈਣ ਦੇ ਲਈ ਇੱਥੇ ਪਹੁੰਚ ਰਹੇ ਨੇ। ਔਰ ਲੋਕਾਂ ਦਾ ਵੀ ਇਹ ਮੰਨਣਾ ਹੈ ਕਿ ਆਸ਼ੀਰਵਾਦ ਹਾਸਲ ਕਰਨ ਤੋਂ ਬਾਅਦ ਜਿਹੜੇ ਉਹਨਾਂ ਦੇ ਜਿਹੜੇ ਦੁੱਖ ਜਾਂ ਦਰਦ ਹੈਗੇ ਨੇ ਉਹ ਦੂਰ ਹੋ ਰਹੇ ਨੇ, ਕਸ਼ਟ ਦੂਰ ਹੋ ਰਹੇ ਨੇ। ਸੋ ਅੰਧ ਵਿਸ਼ਵਾਸ ਦੀ ਇਹ ਜਿਹੜੀ ਖੇਡ ਹੈਗੀ ਹੈ ਇਹ ਕਿਆ ਪਿਛਲੇ 2 ਮਹੀਨਿਆਂ ਤੋਂ ਚੱਲ ਰਹੀ ਹੈ, ਔਰ 2 ਮਹੀਨਿਆਂ ਤੋਂ ਲਗਾਤਾਰ ਜਿਹੜਾ ਲੋਕਾਂ ਦਾ ਜਮਾਵੜਾ ਹੈਗਾ, ਲੋਕਾਂ ਦੀ ਜਿਹੜੀ ਭੀੜ ਹੈਗੀ ਹੈ ਉਹ ਇਸ ਇਲਾਕੇ ਦੇ ਵਿੱਚ ਵਧਦੀ ਜਾ ਰਹੀ ਹੈ। ਖਾਸ ਤੌਰ ਤੇ ਇਸ ਪਿੰਡ ਦੇ ਵਿੱਚ ਜਿੱਥੇ ਇਹ ਬੱਚੀ 4 ਸਾਲ ਦੀ ਦੱਸੀ ਜਾ ਰਹੀ ਹੈ ਕਿ 4 ਸਾਲ ਦੀ ਬੱਚੀ ਦੇ ਕੋਲੋਂ ਆਸ਼ੀਰਵਾਦ ਹਾਸਲ ਕਰਨ ਦੇ ਲਈ ਲੋਕ ਇੱਥੇ ਪਹੁੰਚਦੇ ਨੇ। ਔਰ ਸਿਰਫ ਪੰਜਾਬ ਹੀ ਨਹੀਂ, ਉੱਤਰ ਭਾਰਤ ਤੋਂ ਲੋਕ ਇੱਥੇ ਪਹੁੰਚ ਰਹੇ ਨੇ, ਉੱਤਰ ਭਾਰਤ ਦੇ ਦੂਰ ਦੁਰਾਡੇ ਇਲਾਕੇ ਜਿਹੜੇ। ਬਿਲਕੁਲ ਵਾਸੂ, ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਦੀ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਆਸ਼ੀਰਵਾਦ ਲੈਣ ਤੋਂ ਬਾਅਦ। ਬਿਲਕੁਲ, ਔਰ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਵਾਰ ਵਾਰ ਇਸ ਕਰਕੇ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਜਿਹੜਾ ਫਰਕ ਲੱਗ ਰਿਹਾ, ਬਿਮਾਰੀ ਤੋਂ ਕੋਈ ਪੀੜਤ ਹੈਗਾ, ਕਿਸੇ ਤਰੀਕੇ ਦੀ ਕੋਈ ਬਿਮਾਰੀ ਹੈਗੀ ਹੈ, ਕੋਈ ਮੈਂਟਲੀ ਡਿਸਆਰਡਰਡ ਜਿਹੜੇ ਪਰਸਨ ਹੈਗੇ ਨੇ ਜਾਂ ਹੋਰ ਤਰੀਕੇ ਦੀ ਕੋਈ ਬਿਮਾਰੀਆਂ ਤੋਂ ਪੀੜਤ ਹੈਗੇ ਨੇ, ਉਹਨਾਂ ਨੂੰ ਜਿਹੜੀ ਹੈ ਇਸ ਬੱਚੀ ਤੋਂ ਆਸ਼ੀਰਵਾਦ ਹਾਸਲ ਕਰਨ ਤੋਂ ਬਾਅਦ ਉਹਨਾਂ ਦੀ ਬਿਮਾਰੀਆਂ ਦੂਰ ਹੋ ਰਹੀਆਂ ਨੇ। ਹਾਲਾਂਕਿ ਕੋਈ ਸਾਇੰਟਿਫਿਕ ਜਿਹੜਾ ਹੈਗਾ ਕਿ ਉਸ ਤਰੀਕੇ ਦੀ ਐਕਸਪਲੇਨੇਸ਼ਨ ਜਾਂ ਕਿ ਨਹੀਂ ਹੈਗਾ ਕਿ ਕਿਵੇਂ ਠੀਕ ਹੋ ਰਹੀ ਹੈ, ਪਰ ਲੋਕ ਇੱਥੇ ਪਹੁੰਚ ਰਹੇ ਨੇ ਔਰ ਵੇਖੋ ਵਿਖਾਈ ਵੀ ਲੋਕਾਂ ਦੀ ਭੀੜ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਔਰ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਖੁਦ ਵੀ ਵੇਖ ਸਕਦੇ ਹੋ ਔਰ ਖੁਦ ਬ ਖੁਦ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ, ਇਹ ਕੋਈ ਛੋਟਾ ਮੋਟਾ ਇਕੱਠ ਨਹੀਂ ਹੈਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ। ਔਰ ਖਾਸ ਤੌਰ ਤੇ ਇਹਨਾਂ ਇਸ ਭੀੜ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਨੇ ਉਹ ਮਹਿਲਾਵਾਂ ਨਜ਼ਰ ਆ ਰਹੀਆਂ ਨੇ, ਮਹਿਲਾਵਾਂ ਸਭ ਤੋਂ ਵੱਧ ਇੱਥੇ
ਪਹੁੰਚ ਰਹੀਆਂ ਨੇ ਔਰ ਬੱਚੇ ਵੀ ਇਸ ਦੇ ਵਿੱਚ ਸ਼ਾਮਿਲ ਹੈਗੇ ਨੇ। ਪਰ ਖਾਸ ਤੌਰ ਤੇ ਤਰਨ ਇਹ ਵੇਖਣ ਵਾਲੀ ਗੱਲ ਹੈਗੀ ਹੈ ਕਿ ਇੰਨੀ ਵੱਡੀ ਭੀੜ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਕੋਈ ਪੁਲਿਸ ਵਾਲਾ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੋਈ ਵੀ ਉੱਥੇ ਬੰਦਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਇੰਨੀ ਵੱਡੀ ਭੀੜ ਜੇਕਰ ਕੱਲ ਕੋਈ ਵੀ ਅਣਸੁਖਾਵੀ ਘਟਨਾ ਉੱਥੇ ਵਾਪਰਦੀ ਹੈ ਕਿਉਂਕਿ ਭੀੜ ਛੋਟੀ ਨਹੀਂ ਹੈਗੀ, ਧੱਕਾ ਮੁੱਕੀ ਵੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਵਾਰਦਾਤਾਂ ਵੀ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਬਹੁਤ ਸਾਰੇ ਇੰਸੀਡੈਂਟ ਦੇਖ ਚੁੱਕੇ ਹਾਂ ਕਿ ਜਦੋਂ ਭੀੜ ਇਕੱਠੀ ਹੁੰਦੀ ਹੈ ਤਾਂ ਉੱਥੇ ਧੱਕਾ ਮੁੱਕੀ ਹੋ ਜਾਂਦੀ ਹੈ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ। ਪੁਲਿਸ ਪ੍ਰਸ਼ਾਸਨ ਦਾ ਕੋਈ ਬੰਦਾ ਉੱਥੇ ਨਜ਼ਰ ਨਹੀਂ ਆ ਰਿਹਾ, ਚਮਤਕਾਰ ਨਾਮ ਨਹੀਂ ਦੇ ਸਕਦੇ ਕਿਉਂਕਿ ਇੱਕ ਪਾਸੇ ਤਾਂ ਅਸੀਂ ਵੱਡੇ ਵੱਡੇ ਗੱਲਾਂ ਕਰਦੇ ਹਾਂ ਕਿ ਅਸੀਂ ਚੰਦਰਮਾ ਤੱਕ ਪਹੁੰਚ ਚੁੱਕੇ ਹਾਂ ਤੇ ਦੂਜੇ ਪਾਸੇ ਇੱਕ 4 ਸਾਲ ਦੀ ਬੱਚੀ ਦੇ ਕੋਲੋਂ ਮਹਿਜ਼ ਹੱਥ ਲਗਾਉਣ ਦੇ ਨਾਲ ਕੋਈ ਬਿਮਾਰੀ ਕਿਵੇਂ ਦੂਰ ਹੋ ਸਕਦੀ ਹੈ, ਕੋਈ ਤੁਹਾਡੇ ਕਸ਼ਟ ਕਿਵੇਂ ਦੂਰ ਹੋ ਸਕਦੇ ਨੇ। ਇਹ ਸਿਰਫ ਇੱਕ ਅੰਧ ਵਿਸ਼ਵਾਸ ਹੈਗਾ ਔਰ ਅੰਧ ਵਿਸ਼ਵਾਸ ਵੀ ਕਿਵੇਂ ਹੈ ਕਿ ਲੋਕ ਇੱਥੇ ਪਹੁੰਚ ਰਹੇ ਨੇ, ਲੋਕ ਇੱਕ ਦੂਜੇ ਨੂੰ ਦੱਸਦੇ ਪਏ ਨੇ ਔਰ ਵੇਖੋ ਵਖਾਈ ਲੋਕਾਂ ਦੀ ਭੀੜ ਵੱਧਦੀ ਜਾ ਰਹੀ ਹੈ, ਵੇਖੋ ਵਖਾਈ ਲੋਕ ਜਿਹੜੇ ਨੇ ਉਹ ਉੱਥੇ ਪਹੁੰਚ ਰਹੇ ਨੇ, ਕੋਈ ਇੱਕ ਦੂਸਰੇ ਨੂੰ ਦੱਸਦੇ ਨੇ। ਕਿਉਂਕਿ ਖਾਸ ਤੌਰ ਤੇ ਸਰਨ ਇਹ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਉਹ ਬਹੁਤ ਛੇਤੀ ਉੜਦੀ ਹੈ ਔਰ ਇੱਕ ਪਿੰਡ ਤੋਂ ਦੂਸਰੇ ਪਿੰਡ ਤੋਂ ਤੀਸਰੇ ਪਿੰਡ ਔਰ ਲੋਕ ਜਦ ਇੱਕ ਪਿੰਡ ਵਾਲੇ ਪਹੁੰਚਦੇ ਨੇ ਤਾਂ ਦੂਸਰੇ ਪਿੰਡ ਨੂੰ ਦੱਸਦੇ ਨੇ। ਸੋ ਇਸੇ ਤਰੀਕੇ ਹੀ ਇਹ ਭੀੜ ਵੱਧਦੀ ਜਾ ਰਹੀ ਹੈ ਔਰ ਅੰਧ ਵਿਸ਼ਵਾਸ ਤੋਂ ਇਲਾਵਾ ਇਸ ਨੂੰ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਬਿਲਕੁਲ ਵਾਸੂ, ਤੁਸੀਂ ਸਾਡੇ ਨਾਲ ਬਣੇ ਰਹੋ, ਸਾਡੇ ਨਾਲ ਰਣਜੀਤ ਜੁੜ ਕੇ ਨੇ ਫਾਜ਼ਿਲਕਾ ਤੋਂ, ਸਾਡੇ ਪੱਤਰਕਾਰ ਰਣਜੀਤ ਤੌਰ ਤੋਂ ਜਾਣਨਾ ਚਾਹਾਂਗੇ ਫਾਜ਼ਿਲਕਾ ਚ ਅੰਧ ਵਿਸ਼ਵਾਸ ਦਾ ਜੋ ਇਹ ਖੇਡ ਚੱਲ ਰਿਹਾ ਹੈ, 4 ਮਹੀਨਿਆਂ ਦੀ ਬੱਚਿਆਂ ਤੋਂ ਇਸ ਤਰ੍ਹਾਂ ਆਸ਼ੀਰਵਾਦ ਲਿਆ ਜਾ ਰਿਹਾ, 4 ਸਾਲ ਦੀ ਬੱਚੀ ਤੋਂ ਕੀ ਕੁਝ ਜਾਣਕਾਰੀ ਇਸ ਤੇ? ਹਾਂ ਜੀ, ਜਿਹੜਾ ਇਹ ਪਿੰਡ ਅਛੜਕੀ ਹੈ ਜਿੱਥੇ ਕਿ ਇੱਕ 4 ਸਾਲ ਦੇ ਬੱਚੇ ਵੱਲੋਂ ਜਿਹੜਾ ਆਸ਼ੀਰਵਾਦ ਦਿੱਤਾ ਜਾਂਦਾ ਔਰ ਰੋਜ਼ ਜਿਹੜੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਉੱਥੇ ਲੋਕ ਪਹੁੰਚ ਰਹੇ ਨੇ ਔਰ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਅੰਧ ਵਿਸ਼ਵਾਸ ਬਣਿਆ ਆਇਆ ਕਿਉਂਕਿ ਉਹ ਕਹਿ ਰਹੇ ਨੇ ਕਿ ਸਾਡੇ ਜਿਹੜੇ ਇਹਦੇ ਆਸ਼ੀਰਵਾਦ ਲੈਣ ਦੇ ਨਾਲ, ਬੱਚੇ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਕਾਫੀ ਜਿਹੜੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਜਿਹੜੀ ਰਿਲੀਫ ਮਿਲ ਰਹੀ ਹੈ। ਜੀ, ਬਿਮਾਰੀਆਂ ਤੋਂ ਰਿਲੀਫ ਮਿਲੀ, ਲੇਕਿਨ ਕਿਤੇ ਨਾ ਕਿਤੇ ਅੰਧਵਿਸ਼ਵਾਸ ਦਾ ਖੇਡ ਇਹਨੂੰ ਕਿਹਾ ਜਾ ਸਕਦਾ ਹੈ ਰਣਜੀਤ, ਕਿਉਂਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਾਹਮਣੇ ਨਹੀਂ ਆਇਆ ਇੱਥੇ, ਕਿਉਂਕਿ 4 ਸਾਲ ਦੀ ਮਹਿਜ਼ ਦੀ ਬੱਚੀ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਦਾ ਕਹਿ ਸਕਦੇ ਕਿ ਚਮਤਕਾਰ, ਕਿਸ ਤਰ੍ਹਾਂ ਚਮਤਕਾਰੀ ਦੁਨੀਆ ਕੀ ਅਜੇ ਵੀ ਸ਼ਾਮ ਹੈ ਇੱਥੇ ਦੁਨੀਆ ਚ? ਜੀ, ਜਿਹੜਾ ਇਹ ਕਰੀਬ 2 ਮਹੀਨਿਆਂ ਤੋਂ ਜਿਹੜਾ ਇਹ ਕੰਮ ਚੱਲ ਰਿਹਾ ਹੈ ਔਰ ਲੋਕ ਜਿਹੜੇ ਨੇ ਉਹ ਰਾਜਸਥਾਨ ਤੋਂ, ਪੰਜਾਬ ਦੇ ਕਈ ਇਲਾਕਿਆਂ ਤੋਂ, ਦਿੱਲੀ ਤੋਂ ਮਹਾਰਾਸ਼ਟਰ ਤੱਕ ਦੇ ਜਿਹੜੇ ਲੋਕ ਇੱਥੇ ਪਹੁੰਚ ਚੁੱਕੇ ਨੇ, ਲੇਕਿਨ ਪ੍ਰਸ਼ਾਸਨ ਇਸ ਪੂਰੇ ਜਿਹੜੇ ਮਾਮਲੇ ਦੇ ਵਿੱਚ ਜਿਹੜਾ ਦੇਖਿਆ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਇੱਥੇ ਜਿਹੜੀ ਆਪਣੇ ਵੱਲੋਂ ਉਹਨਾਂ ਦੇ ਜਾਂਚ ਕਰਨ ਨਹੀਂ ਕੀਤੀ ਗਈ ਔਰ ਸਿਰਫ ਜਿਹੜੀ ਪੁਲਿਸ ਹੈ, ਪੁਲਿਸ ਜ਼ਰੂਰ ਉੱਥੇ ਚੱਕਰ ਲਗਾ ਰਹੀ ਹੈ ਲੇਕਿਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਚੀਜ਼ ਦੇ ਵਿੱਚ ਜਿਹੜਾ ਜੋ ਵੀ ਇਹ ਹੋ ਰਿਹਾ ਉਹਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦਾ ਆਪਣੇ ਦਖਲ ਅੰਦਾਜ਼ੀ ਨਹੀਂ ਦਿੱਤੀ ਔਰ ਨਾ ਹੀ ਇਸ ਚੀਜ਼ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਇੰਨੇ ਲੋਕ ਇੱਥੇ ਜੁੜ ਰਹੇ ਨੇ। ਅਗਰ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਹੋਏਗਾ? ਬਿਲਕੁਲ, ਪ੍ਰਸ਼ਾਸਨਿਕ ਅਧਿਕਾਰੀ ਦੀ ਲਾਪਰਵਾਹੀ ਇੱਥੇ ਦੇਖਣ ਨੂੰ ਮਿਲ ਰਹੀ ਹੈ, ਉੱਥੇ ਲੋਕਾਂ ਵੱਲੋਂ ਵੀ ਰਣਜੀਤ ਕਿਤੇ ਨਾ ਕਿਤੇ ਦਾਅਵਾ ਵੀ ਕੀਤਾ ਜਾ ਰਿਹਾ ਕਿ ਉਹਨਾਂ ਦੀ ਬਿਮਾਰੀਆਂ ਠੀਕ ਹੋ ਰਹੀਆਂ, ਇਸ ਤੇ ਕੋਈ ਜਾਣਕਾਰੀ? ਜੀ ਹਾਂ, ਅਸੀਂ ਕਈ ਜਿਹੜੇ ਇੱਥੇ ਆਏ ਨੇ ਲੋਕ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ 5 ਵਾਰ ਅਗਰ ਉਹ ਇੱਥੇ ਆਉਂਦੇ ਨੇ, ਇੱਥੇ ਆ ਕੇ ਜਿਹੜਾ ਇਸ ਬੱਚੇ ਕੋਲੋਂ ਜਿਹੜਾ ਆਸ਼ੀਰਵਾਦ ਲੈਂਦੇ ਨੇ ਤਾਂ ਉਹਨਾਂ ਦੀਆਂ ਬਿਮਾਰੀਆਂ ਕੱਟੀਆਂ ਜਾ ਰਹੀਆਂ ਨੇ। ਹੁਣ ਇਹਦੇ ਵਿੱਚ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਅੰਧ ਵਿਸ਼ਵਾਸ ਹੈ ਜਾਂ ਲੋਕਾਂ ਦਾ ਇੱਕ ਤਰ੍ਹਾਂ ਦਾ ਮਨੋਵਿਗਿਆਨਿਕ ਤੌਰ ਦੇ ਉੱਤੇ ਹੀ ਉਹਨਾਂ ਉੱਪਰ ਅਸਰ ਹੋ ਜਾਂਦਾ ਹੈ ਇੰਨੀ ਭੀੜ ਨੂੰ ਦੇਖ ਕੇ, ਤਾਂ ਉਹ ਆਪਣੇ ਆਪ ਨੂੰ ਜਿਹੜਾ ਤੰਦਰੁਸਤ ਸਮਝਦੇ ਨੇ।
ਬਿਲਕੁਲ ਉਹਨਾਂ ਦੇ ਪਰਿਵਾਰਿਕ ਮੈਂਬਰ ਜੋ ਬੱਚੇ ਦੇ ਉਹੀ ਆਸ਼ੀਰਵਾਦ ਦਵਾਉਂਦੇ ਨੇ ਤੇ ਉਹਨਾਂ ਦੇ ਬੱਚੇ ਦੇ ਪਰਿਵਾਰਿਕ ਮੈਂਬਰ ਨਾਲ ਕਿ ਤੁਹਾਡੀ ਕੋਈ ਗੱਲਬਾਤ ਹੋਈ? ਹਾਂਜੀ, ਉਹਨਾਂ ਦੇ ਜਿਹੜੇ ਬੱਚੇ ਦਾ ਪਿਤਾ ਹੈ ਔਰ ਉਹਨਾਂ ਦਾ ਦਾਦਾ ਹੈ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ। ਉਹ ਕਹਿਣਾ ਹੈ ਕਿ ਸ਼ੁਰੂਆਤ ਉਹਨਾਂ ਦੇ ਪਰਿਵਾਰ ਦੇ ਉੱਤੋਂ ਹੋਈ ਸੀਗੀ, ਲੇਕਿਨ ਉਹ ਇਹ ਨਹੀਂ ਦੱਸ ਸਕੇਗੀ ਕਿ ਇਸ ਬੱਚੇ ਦੇ ਕੋਲੇ ਕਿਹੜੀ ਦੇਵੀ ਸ਼ਕਤੀ ਹੈ ਜਿਹਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜਾ ਉਹਨਾਂ ਨੂੰ ਰਿਲੀਫ ਮਿਲ ਰਹੀ ਹੈ, ਲੇਕਿਨ ਉਹ ਵੀ ਕਿਸੇ ਤਰ੍ਹਾਂ ਦੀ ਦੇਵੀ ਸ਼ਕਤੀ ਦੱਸਣ ਤੋਂ ਅਸਮਰਥ ਦਿਖਾਈ ਦਿੱਤੇ। ਲੇਕਿਨ ਲੋਕਾਂ ਦੀ ਭੀੜ ਇੰਨੀ ਹੈ ਕਿ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਵੀ ਦੇਖਿਆ ਗਿਆ ਕਿ ਜਿਹੜਾ ਉੱਥੇ ਲੋਕਾਂ ਦੇ ਦਖਲ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੀ ਵੀ ਨਹੀਂ ਚੱਲ ਰਹੀ, ਲੋਕ ਵਧੋ ਵਧੀ ਆ ਰਹੇ ਨੇ ਔਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਰੋਜ਼ ਪਹੁੰਚ ਰਹੇ ਨੇ। ਜੀ, ਹਜ਼ਾਰਾਂ ਦੀ ਸੰਖਿਆ 'ਚ ਲੋਕ ਇੱਥੇ ਪਹੁੰਚ ਰਹੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਦਮ ਜੋ ਹੈ ਪ੍ਰਸ਼ਾਸਨ ਵੱਲੋਂ ਨਹੀਂ ਚੁੱਕਿਆ ਜਾ ਰਿਹਾ। ਇਸ ਦੇ ਨਾਲ ਨਾਲ ਜੇਕਰ ਗੱਲ ਕਰੀਏ ਲੋਕਾਂ ਦੀ ਤੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, 4 ਸਾਲ ਦੀ ਮਹਿਜ਼ ਦੇ ਬੱਚੀ ਰਜੀਤ। ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ। ਸਾਡੇ ਸੰਵਾਦਦਾਤਾ ਵਾਸੂ ਮੰਜੰਦਾ ਵੀ ਲਗਾਤਾਰ ਜੁੜੇ ਹੋਏ ਨੇ। ਵਾਸੂ, ਤੁਹਾਡੇ ਤੋਂ ਜਾਣਨਾ ਚਾਹਾਂਗੇ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੀ ਵੀ ਇੱਥੇ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ, ਨਾਲ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਸਾਹਮਣੇ ਨਹੀਂ ਆਇਆ ਇੰਨੀ ਵੱਡੀ ਭੀੜ ਦੇਖਦੇ ਹੋਏ? ਬਹੁਤ ਵੱਡੀ ਲਾਪਰਵਾਹੀ ਹੈ, ਜ਼ਾਹਿਰ ਤੌਰ ਤੇ ਕਰਨ ਇੱਕ ਪ੍ਰਸ਼ਾਸਨਿਕ ਲਾਪਰਵਾਹੀ ਕਹੀ ਜਾ ਸਕਦੀ ਹੈ, ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦਾ ਇਸ ਤਰੀਕੇ ਦਾ ਕੋਈ ਬੰਦੋਬਸਤ ਨਹੀਂ ਕੀਤਾ ਗਿਆ ਕਿ 2 ਮਹੀਨਿਆਂ ਤੋਂ ਇਹ ਦੱਸਿਆ ਜਾ ਰਿਹਾ ਹੈ ਕਿ 2 ਮਹੀਨਿਆਂ ਤੋਂ ਇਹ ਅੰਧ ਵਿਸ਼ਵਾਸ ਦਾ ਖੇਡ ਖੇਡਿਆ ਜਾ ਰਿਹਾ ਸੀ। ਜਿਵੇਂ ਸਾਡੇ ਪੱਤਰਕਾਰ ਰਣਜੀਤ ਇਹ ਜਾਣਕਾਰੀ ਦੇ ਰਹੇ ਸਨ ਕਿ ਕੋਈ ਜਾਣਕਾਰੀ ਹੈ ਹੀ ਨਹੀਂ, ਕੋਈ ਪਰਿਵਾਰ ਦੇ ਕੋਲ ਵੀ ਕੋਈ ਇਸ ਜਵਾਬ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈਗਾ ਕਿ ਆਖਿਰ ਇਹ ਹੈ ਕਿ ਕੋਈ ਦੇਵੀ ਸ਼ਕਤੀ ਹੈ ਜਾਂ ਕੁਛ ਹੋਰ ਹੈ। ਉਹਨਾਂ ਦੇ ਕੋਲ ਵੀ ਜਦੋਂ ਗੱਲਬਾਤ ਉਹਨਾਂ ਦੇ ਨਾਲ ਕੀਤੀ ਗਈ ਤਾਂ ਉਹਨਾਂ ਵੀ ਕਿਹਾ ਜੀ ਕਿ ਲੋਕਾਂ ਨੂੰ ਫਰਕ ਪੈ ਰਿਹਾ, ਇਸ ਕਰਕੇ ਉਹ ਆਪਣੀ ਬੱਚੀ ਦੇ ਕੋਲੋਂ ਜਿਹੜੇ ਨੇ ਆਸ਼ੀਰਵਾਦ ਦਵਾ ਰਹੇ ਨੇ। ਪਰ ਗੱਲ ਅਗਰ ਪ੍ਰਸ਼ਾਸਨ ਦੀ ਕੀਤੀ ਜਾਵੇ ਜਾਂ ਪੁਲਿਸ ਦੇ ਬੰਦੋਬਸਤਾਂ ਦੀ ਕੀਤੀ ਜਾਵੇ ਤਾਂ ਇੰਨੀ ਵੱਡੀ ਭੀੜ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਕੱਠੇ ਹੋ ਰਹੇ ਨੇ ਆਸ਼ੀਰਵਾਦ ਲੈਣ ਦੇ ਲਈ ਉੱਥੇ ਪਹੁੰਚ ਰਹੇ ਨੇ, ਤਾਂ ਕਿਸੇ ਵੇਲੇ ਵੀ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ, ਕਿਉਂਕਿ ਬਹੁਤ ਸਾਰੇ ਇੰਸੀਡੈਂਟ ਅਸੀਂ ਪਹਿਲਾਂ ਵੇਖ ਚੁੱਕੇ ਹਾਂ। ਸੋ ਜ਼ਾਹਿਰ ਤੌਰ ਤੇ ਪ੍ਰਸ਼ਾਸਨਿਕ ਇੱਕ ਲਾਪਰਵਾਹੀ ਕਹੀ ਜਾ ਸਕਦੀ ਹੈ ਕਿ ਪ੍ਰਸ਼ਾਸਨ ਦੀ ਨੱਕ ਹੇਠਾਂ ਇਸ ਤਰੀਕੇ ਦਾ ਇਕੱਠ ਹੁੰਦਾ, ਇਸ ਤਰੀਕੇ ਦਾ ਇਕੱਠ ਉਹ ਵੀ ਅੱਜ ਨਹੀਂ ਹੋਇਆ, ਇਹ 2 ਮਹੀਨਿਆਂ ਤੋਂ ਹੋ ਰਿਹਾ ਔਰ ਬਕਾਇਦਾ ਉੱਥੇ ਟਾਈਮਿੰਗ ਲਿਖੀ ਹੋਈ ਹੈ। ਇੱਕ ਦਰਵਾਜ਼ਾ ਹੈ, ਦਰਵਾਜ਼ੇ ਦੇ ਉੱਤੇ ਉਹਨਾਂ ਨੇ ਬੋਰਡ ਲਗਾਇਆ ਹੋਇਆ ਹੈ ਕਿ ਮੰਗਲਵਾਰ ਤੋਂ ਸ਼ਨੀਵਾਰ ਜਾਂ ਜੋ ਵੀ ਹੈ ਪੂਰਾ ਹਫ਼ਤਾ, ਔਰ ਟਾਈਮਿੰਗ ਲਿਖੀ ਹੋਈ ਹੈ 10 ਵਜੇ ਤੋਂ 6 ਵਜੇ ਤੱਕ। ਸੋ ਯਾਨੀ ਕਿ ਇਹ ਹਰ ਰੋਜ਼ ਦੀ ਇਹ ਅੰਧ ਵਿਸ਼ਵਾਸ ਦਾ ਖੇਡ ਖੇਡਿਆ ਜਾ ਰਿਹਾ ਔਰ ਪੁਲਿਸ ਤੇ ਪ੍ਰਸ਼ਾਸਨ ਨੂੰ ਕੋਈ ਇਸ ਬਾਰੇ ਨੌਲੇਜ ਹੀ ਨਹੀਂ ਹੈ। ਜੇਕਰ ਨੌਲੇਜ ਹੋਵੇ ਜਾਂ ਜੇਕਰ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੋਵੇ ਤਾਂ ਕੋਈ ਨਾ ਕੋਈ ਤਾਂ ਉੱਥੇ ਬੰਦੋਬਸਤ ਕੀਤੇ ਹੋਣ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜੇਕਰ ਲੋਕ ਇਕੱਠੇ ਹੋ ਰਹੇ ਨੇ ਔਰ ਬਿਨਾਂ ਪਰਮਿਸ਼ਨ ਤੋਂ ਜਾਂ ਬਿਨਾਂ ਉਹਨਾਂ ਦੀ ਜਾਣਕਾਰੀ ਤੋਂ ਕਿਵੇਂ ਇਕੱਠੇ ਹੋ ਰਹੇ ਨੇ, ਇਹ ਇੱਕ ਵੱਡਾ ਸਵਾਲ ਹੈ। ਬਿਲਕੁਲ, ਇੱਕ ਵੱਡਾ ਸਵਾਲ ਹੈ ਵਾਸੂ, ਔਰ ਇਸ ਤਰ੍ਹਾਂ ਦੀ ਲਾਪਰਵਾਹੀ ਬਹੁਤ ਵੱਡੀ ਲਾਪਰਵਾਹੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ। ਮਹਿਜ 4 ਸਾਲ ਦੀ ਬੱਚੀ ਤੋਂ ਇਸ ਤਰ੍ਹਾਂ ਦਾ ਆਸ਼ੀਰਵਾਦ ਲੈਣਾ ਔਰ ਕਹਿ ਸਕਦੇ ਕਿ ਅੰਧ ਵਿਸ਼ਵਾਸ ਦਾ ਇਹ ਖੇਡ ਜੋ ਹੈ ਉਹ ਖੇਡਿਆ ਜਾ ਰਿਹਾ ਹੈ, ਕਿਤੇ ਨਾ ਕਿਤੇ ਇੱਕ ਅੰਧ ਵਿਸ਼ਵਾਸ ਦਾ ਖੇਡੇ ਤੇ ਕਿਸ ਤਰੀਕੇ ਦੇ ਨਾਲ ਇਹਦੇ ਪਿੱਛੇ ਦੀ ਅਸਲੀ ਵਜ੍ਹਾ ਕੀ ਹੋ ਸਕਦੀ ਹੈ, ਕੀ ਕਿਹਾ ਜਾ ਸਕਦਾ ਵਾਸੂ? ਬਿਲਕੁਲ, ਕਰਨ ਅੰਧ ਵਿਸ਼ਵਾਸ ਦੀ ਜਿਹੜੀ ਖੇਡ ਹੁੰਦੀ ਹੈ ਇਹ ਵੇਖੋ ਵਖਾਈ ਹੁੰਦੀ ਹੈ ਕਿ ਜਿਵੇਂ ਅਸੀਂ ਬਹੁਤ ਸਾਰੇ ਪੰਡਤਾਂ ਜਾਂ ਹੋਰ ਜਿਹੜੇ ਸੋ ਕਾਲਡ ਜਿਹੜੇ ਬਾਬੇ ਬਣੇ ਹੁੰਦੇ ਆ ਜਾਂ ਜਿਹੜੇ ਸੋ ਕਾਲਡ ਜਿਹੜੇ ਪੰਡਤ ਬਣੇ ਹੁੰਦੇ ਨੇ ਜਿਹੜੇ ਹੱਥ ਵੇਖਦੇ ਨੇ ਭਵਿੱਖ ਦੱਸਦੇ ਨੇ ਔਰ ਉਹਨਾਂ ਨੂੰ ਖੁਦ ਨੂੰ ਆਪਣਾ ਉਹਨਾਂ ਦਾ ਭਵਿੱਖ ਪਤਾ ਨਹੀਂ ਹੁੰਦਾ। ਸੋ ਉਹ ਵੇਖੋ ਵਖਾਈ ਹੁੰਦੀ ਹੈ ਕਿ ਇਹ ਇੱਕ ਨੂੰ ਕੋਈ ਥੋੜਾ ਜਿਹਾ ਭਵੇਂ ਕੁਦਰਤੀ ਉਸ ਤੇ ਕੋਈ ਫਰਕ ਪਿਆ ਹੋਵੇ ਤਾਂ ਉਹ ਵੀ ਕਹਿ ਦਿੰਦਾ ਜੀ ਮੈਨੂੰ ਫਲਾਣੇ ਬਾਬੇ ਕੋਲੋਂ ਫਰਕ ਪਿਆ ਸੀਗਾ, ਮੈਨੂੰ ਫਲਾਣੇ ਉਹ ਪੰਡਤ ਨੇ ਦੱਸਿਆ ਸੀਗਾ, ਮੈਂ ਆਹ ਉਪਾਏ ਕੀਤੇ। ਸੋ ਉਹ ਦੇਖੋ ਵਖਾਈ ਲੋਕ ਉੱਥੇ ਵੀ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ।
ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਅਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਬਹੁਤ ਛੇਤੀ ਉੱਠਦੀਆਂ ਨੇ। ਇੱਕ ਪਿੰਡ ਦੇ ਵਿੱਚ ਕੋਈ ਅਜਿਹਾ ਇੰਸੀਡੈਂਟ ਹੋ ਜਾਂਦਾ ਜਾਂ ਅਜਿਹੀ ਕੋਈ ਘਟਨਾ ਜਾਂ ਚਮਤਕਾਰ ਜਿਹਨੂੰ ਕਿਹਾ ਜਾ ਸਕਦਾ, ਚਮਤਕਾਰ ਵੀ ਕਰਦਾ, ਇਹ ਕੁਦਰਤੀ ਚੀਜ਼ਾਂ ਹੁੰਦੀਆਂ ਨੇ, ਕੁਦਰਤੀ ਗੱਲਾਂ ਹੁੰਦੀਆਂ ਨੇ, ਔਰ ਲੋਕ ਉਸ ਚੀਜ਼ ਨੂੰ ਵੇਖੋ ਵਖਾਈ ਇੱਕ ਦੂਜੇ ਨੂੰ ਪਾਸ ਕਰ ਦਿੰਦੇ ਨੇ ਤੇ ਫਿਰ ਉਹ ਲੋਕਾਂ ਦੀ ਭੀੜ ਜਿਹੜੀ ਹੈ ਉੱਥੇ ਲੱਗਣੀ ਸ਼ੁਰੂ ਹੋ ਜਾਂਦੀ ਹੈ, ਭਾਵੇਂ ਉਹ ਕੋਈ ਪੰਡਿਤ ਹੋਵੇ, ਕੋਈ ਤਾਂਤਰਿਕ ਹੋਵੇ, ਕੋਈ ਬਾਬਾ ਹੋਵੇ, ਜਾਂ ਇਸ ਤਰੀਕੇ ਦੀ ਬੱਚੀ ਜਿਵੇਂ ਉਹ ਦਿੱਤੀ ਜਾ ਰਹੀ ਹੈ ਕਿ 4 ਸਾਲ ਦੀ ਬੱਚੀ ਦੇ ਕੋਲ ਲੋਕ ਆਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੇ ਨੇ, ਪਰ ਇਸਦਾ ਕੋਈ ਆਨਸਰ ਨਹੀਂ ਹੈਗਾ, ਕੋਈ ਜਵਾਬ ਨਹੀਂ ਹੈਗਾ ਕਿ ਆਖਿਰ ਕੀ ਹੈ। ਪਰਿਵਾਰ ਨੇ ਬਕਾਇਦਾ ਉੱਥੇ ਇੱਕ ਦਾਨ ਪੱਤਰ ਲਗਾਇਆ ਹੋਇਆ ਜਿੱਥੇ ਲੋਕ ਪੈਸੇ ਪਾ ਰਹੇ ਨੇ, ਚੜਾਵਾ ਚੜਾ ਰਹੇ ਨੇ, ਔਰ ਬਕਾਇਦਾ ਉੱਥੇ ਟਾਈਮਿੰਗ ਲਿਖੀਆਂ ਹੋਈਆਂ, ਡੇਟ ਲਿਖੇ ਹੋਏ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਆਸ਼ੀਰਵਾਦ ਹਾਸਲ ਕਰੋ, ਇਹ 10 ਤੋਂ ਲੈ ਕੇ 6 ਵਜੇ ਤੱਕ ਦਾ ਟਾਈਮਿੰਗ ਹੈਗਾ। ਪਰ ਇਹ ਸਿਰਫ ਅੰਧ ਵਿਸ਼ਵਾਸ ਦੀ ਖੇਡ ਹੈ, ਹੋਰ ਕੁਛ ਨਹੀਂ ਹੈਗਾ, ਔਰ ਲੋਕ ਇਸ ਅੰਧ ਵਿਸ਼ਵਾਸ ਦੀ ਖੇਡ ਦੇ ਵਿੱਚ ਖੇਡਦੇ ਹੋਏ ਨਜ਼ਰ ਆ ਰਹੇ ਨੇ, ਲੋਕ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ, ਔਰ ਸਿਰਫ ਇਹ ਵੇਖੋ ਵਕਾਈ ਹੈ, ਹੋਰ ਕੁਛ ਨਹੀਂ ਹੈਗਾ। ਬਿਲਕੁਲ ਵਾਸੂਦੀ ਸਾਡੇ ਨਾਲ ਬਣੇ ਰਹੋ, ਸਾਡੇ ਨਾਲ ਡਾਕਟਰ ਸੁਮਨ ਜੁੜ ਗਏ ਨੇ। ਡਾਕਟਰ ਸੁਮਨ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅੰਧਵਿਸ਼ਵਾਸ ਦਾ ਖੇਡ ਜੋ ਫਾਜ਼ਿਲਕਾ 'ਚ ਖੇਡਿਆ ਜਾ ਰਿਹਾ ਹੈ, 4 ਸਾਲ ਦੀ ਮਹਿਜ਼ ਬੱਚੀ ਹੈ ਜਿਸ ਤੋਂ ਕਿ ਲੋਕ ਆਸ਼ੀਰਵਾਦ ਲੈਣ ਦੇ ਲਈ ਪਹੁੰਚ ਰਹੇ ਨੇ, ਇੱਕ ਪਾਸੇ ਸਾਇੰਸ ਦੀ ਤਰੱਕੀ ਕਰ ਰਹੀ, ਦੂਸਰੇ ਪਾਸੇ ਅੰਧਵਿਸ਼ਵਾਸ ਦਾ ਅਜਿਹਾ ਖੇਡ। ਦੇਖੋ, ਇਸ ਤਰ੍ਹਾਂ ਹੈ ਕਿ ਕਦੇ ਵੀ ਕੋਈ ਬਿਮਾਰੀ ਕਦੇ ਸਿਰ ਤੇ ਹੱਥ ਰੱਖ ਕੇ ਨਹੀਂ ਠੀਕ ਹੁੰਦੀ ਜੀ। ਸੋ ਇਹ ਅੰਧਵਿਸ਼ਵਾਸ ਸਾਡੇ ਖਾਸ ਕਰ ਇੰਡੀਆ ਵਿੱਚ ਜ਼ਿਆਦਾ ਫੈਲਿਆ ਹੋਇਆ ਹੈ। ਕਦੇ ਕਿਤੇ ਬੈਠ ਜਾਂਦਾ ਕੋਈ, ਕਦੇ ਕੋਈ ਕਿਤੇ ਬੈਠ ਜਾਂਦਾ, ਕਦੇ ਕੋਈ ਬੱਚਾ ਬੈਠ ਜਾਂਦਾ, ਕਦੇ ਕੋਈ ਬੁੱਢਾ ਬੈਠ ਜਾਂਦਾ, ਕਦੇ ਕੋਈ ਬਾਬਾ ਬੈਠ ਜਾਂਦਾ ਜੀ। ਜੋ ਸਾਡੀ ਸਾਇੰਸ ਹੈ, ਮੈਂ ਤਾਂ ਬੀਇੰਗ ਏ ਡਾਕਟਰ ਜੋ ਮੈਂ ਸਮਝਦੀ ਹਾਂ, ਅਗਰ ਏਦਾਂ ਦੀ ਗੱਲ ਹੁੰਦੀ ਅਸੀਂ ਤਾਂ ਸਿਰ ਦੇ ਜਿਹੜੇ ਪੇਸ਼ੈਂਟ ਦੇ ਹੱਥ ਰੱਖ ਕੇ ਹੁਣ ਤੱਕ ਕਿੰਨੇ ਹੀ ਪੇਸ਼ੈਂਟ ਠੀਕ ਕਰ ਦਿੰਦੇ ਜੀ। ਏਦਾਂ ਦੀ ਗੱਲ ਨਹੀਂ ਹੈ, ਇਹ ਸਭ ਅੰਧ ਵਿਸ਼ਵਾਸ ਹੈ ਲੋਕਾਂ ਦਾ। ਲੋਕ ਪਿੱਛੇ ਕਦੇ ਕਹਿੰਦੇ ਇਸ ਪਾਣੀ ਦੇ ਵਿੱਚ ਕੁਛ ਖਾਸ ਹੈਗੀ, ਤੁਸੀਂ ਇਹ ਪਾਣੀ ਪੀ ਲਓ ਤਾਂ ਤੁਹਾਡੀਆਂ ਸਾਰੀ ਬਿਮਾਰੀਆਂ ਠੀਕ ਹੋ ਜਾਣਗੀਆਂ। ਇਹ ਬਿਲਕੁਲ ਗਲਤ ਹੈ। ਅਸੀਂ, ਮੈਂ ਸਾਇੰਸ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਹੀਂ ਮੰਨਦੀ, ਨਾ ਅਸੀਂ ਮੰਨਦੇ ਹਾਂ। ਜਦੋਂ ਤੱਕ ਤੁਸੀਂ ਡਾਕਟਰ ਡਾਇਗਨੋਸ ਕਰਦਾ ਪੇਸ਼ੈਂਟ ਨੂੰ, ਕਿਆ ਗੱਲ ਹੈ, ਕੋਈ ਏਜ ਫੈਕਟਰ ਹੁੰਦਾ ਕਿ ਕੀ ਬਿਮਾਰੀ ਹੈ, ਉਹਨੂੰ ਇਲਾਜ ਕੀਤਾ ਜਾਂਦਾ, ਤਦ ਜਾ ਕੇ ਹਰ ਡਿਜ਼ੀਜ਼ ਦਾ ਟ੍ਰੀਟਮੈਂਟ ਕੀਤਾ ਜਾਂਦਾ। ਸੋ ਇਹ ਅੰਧ ਵਿਸ਼ਵਾਸ ਬਹੁਤ ਜ਼ਿਆਦਾ ਫੈਲਿਆ ਹੋਇਆ, ਇਹਨੂੰ ਦੂਰ ਕਰਨਾ ਚਾਹੀਦਾ। ਇਹ ਜਿਹੜੀ ਮੈਂ ਸੋਚਦੀ ਹਾਂ ਕਿ ਜਿਹੜੇ ਪੜ੍ਹੇ ਲਿਖੇ ਕਈ ਲੋਕ ਹੈ, ਉਹ ਵੀ ਇਸ ਗੱਲ ਦੇ ਪਿੱਛੇ ਪੈਂਦੇ ਆ। ਚਲੋ, ਅਨਐਜੂਕੇਟਡ ਮੰਨੇ ਆ ਲੋਕ ਜਿਹਨਾਂ ਨੂੰ ਨਹੀਂ ਜ਼ਿਆਦਾ ਨੌਲੇਜ ਹੁੰਦੀ। ਸੋ ਇਸ ਚੀਜ਼ ਨੂੰ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਫੈਲਿਆ ਹੋਇਆ ਇਹ ਕਿ ਚੰਗੇ ਚੰਗੇ ਲੋਕ ਜਾ ਕੇ ਲਾਈਨਾਂ ਲਗਾਈ ਜਾ ਰਹੇ ਹੈ। ਸੋ ਇਹ ਸਾਇੰਸ ਤੋਂ ਹਟ ਕੇ ਚੀਜ਼ਾਂ, ਸਾਇੰਸ ਕਦੇ ਵੀ ਇਸ ਚੀਜ਼ ਨੂੰ ਨਹੀਂ ਮੰਨਦੀ, ਨਾ ਹੈ ਸਾਇੰਸ ਦੇ ਵਿੱਚ ਇਹ ਚੀਜ਼ਾਂ। ਸੋ ਇਹ ਚੀਜ਼ ਬਿਲਕੁਲ ਅੰਧ ਵਿਸ਼ਵਾਸ ਹੈ ਲੋਕਾਂ ਦੇ ਵਿੱਚ ਫੈਲਿਆ ਹੋਇਆ, ਇਹਨੂੰ ਦੂਰ ਕਰਨਾ ਚਾਹੀਦਾ, ਇਹ ਤੋਂ ਦੂਰ ਰਹਿਣਾ ਚਾਹੀਦਾ। ਐਸਾ ਕੁਛ ਨਹੀਂ ਹੈ ਜੀ, ਇਹ ਸਭ ਟ੍ਰੀਟਮੈਂਟ ਸਾਰੇ ਡਾਕਟਰਾਂ ਤੋਂ ਬਿਨਾਂ, ਸਾਇੰਸ ਤੋਂ ਬਿਨਾਂ, ਸਟੱਡੀ ਤੋਂ ਬਿਨਾਂ ਨਹੀਂ ਹੋ ਸਕਦੇ। ਬਿਲਕੁਲ, ਡਾਕਟਰ ਤੋਂ ਬਿਨਾਂ, ਟ੍ਰੀਟਮੈਂਟ ਤੋਂ ਬਿਨਾਂ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਦੇਖੋ 2 ਮਹੀਨਿਆਂ ਤੋਂ ਅੰਧਵਿਸ਼ਵਾਸ ਦਾ ਖੇਡ ਖੇਡਿਆ ਜਾ ਰਿਹਾ ਔਰ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੋਰ ਤਾਂ ਹੋਰ ਪਰਿਵਾਰਿਕ ਮੈਂਬਰ ਜੋ ਬੱਚੇ ਦੇ ਪਰਿਵਾਰ ਵਾਲੇ ਉਹੀ ਆਸ਼ੀਰਵਾਦ ਦਵਾ ਰਹੇ ਨੇ। ਲੋਕ ਤਾਂ ਦੌੜੇ ਜਾਂਦੇ ਜੀ, ਕੋਈ ਭੇੜ ਚਾਲ ਬਹੁਤ ਹੈ ਸਾਡੀ ਏਰੀਆ ਵਿੱਚ, ਕਿਤੇ ਵੀ ਚਲੇ ਜਾਂਦੇ, ਕਿਤੇ ਹੋਰ ਤੁਸੀਂ ਕਹੋਗੇ ਉੱਥੇ ਦੌੜ ਜਾਣਗੇ ਲੋਕ ਤਾਂ। ਸੋ ਇਹ ਚੀਜ਼ਾਂ ਗਲਤ ਹੈਗੀਆਂ, ਇਹ ਨਹੀਂ ਹੋਣੀਆਂ ਚਾਹੀਦੀਆਂ, ਇਹਨਾਂ ਨਾਲ ਉਲਟਾ ਨੁਕਸਾਨ ਹੁੰਦਾ। ਟ੍ਰੀਟਮੈਂਟ ਕੋਈ ਮਾਮੂਲੀ ਗੱਲ ਨਹੀਂ ਹੈ, ਕੋਈ ਪ੍ਰੋਪਰ ਟ੍ਰੀਟਮੈਂਟ ਦੇਣਾ ਡਾਕਟਰ ਤੋਂ ਉਹ ਚੀਜ਼ ਹੋਰ ਹੁੰਦੀ ਹੈ। ਇਹ ਚੀਜ਼ਾਂ ਸਾਡਾ ਸਾਰਾ ਇਹ ਖੇਡ ਰਚਿਆ ਜਾਂਦਾ। ਮੈਨੂੰ ਨਹੀਂ ਲੱਗਦਾ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ, ਸਾਇੰਸ ਦੇ ਵਿੱਚ ਚੀਜ਼ਾਂ ਬਿਲਕੁਲ ਲਿਖੀਆਂ ਨਹੀਂ ਹੋਈਆਂ। ਜੋ ਸਟੱਡੀ ਹੈ, ਇੰਨੇ ਇੰਨੇ ਬੜੇ ਬੜੇ ਡਾਕਟਰ, ਇੰਨੇ ਐਜੂਕੇਸ਼ਨ ਕੀਤੀ ਹੋਈ ਹੈ, ਸਪੈਸ਼ਲਾਈਜੇਸ਼ਨ ਹੈ, ਕਿਆ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਜੀ? ਇਹ ਗੱਲ ਮੈਂ ਨਹੀਂ ਮੰਨਦੀ ਨਾ ਗੱਲ ਨੂੰ, ਅਸੀਂ ਇਹ ਨਹੀਂ ਹੋ ਸਕਦਾ। ਬਿਲਕੁਲ, ਡਾਕਟਰ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕਈ ਵਾਰ ਦਾ ਸਾਹਮਣੇ ਆ ਚੁੱਕਿਆ ਜਿੱਥੇ ਕਿਹਾ ਜਾਂਦਾ ਹੈ ਕਿ ਫਲਾਣੇ ਦਾ ਆਸ਼ੀਰਵਾਦ ਲੈ ਕੇ ਕਿਸ
ਉਸ ਜਗ੍ਹਾ ਤੇ ਜਾ ਕੇ ਕੋਈ ਪੇੜ ਬਣਿਆ ਹੋਇਆ ਉੱਥੇ ਜਾ ਕੇ ਮੱਥਾ ਟੇਕਾਓ, ਜਾਂ ਫਲਾਣਾ ਜਦੋਂ ਆਪਣਾ ਜਿਹੜਾ ਹੈਗਾ ਆਪਣਾ ਕੋਈ ਯੋਗੀ ਹੈ ਜਾਂ ਕੋਈ ਬਾਬਾ ਹੈ ਤੁਹਾਨੂੰ ਫਲਾਣੀ ਪੂੜੀ ਦਿੰਦਾ ਜੀ ਜਾਂ ਤੁਹਾਨੂੰ ਇੱਕ ਪੂੜੀ ਦਿੰਦਾ, ਉਹਦੇ ਨਾਲ ਆਹ ਚੀਜ਼ ਹੋ ਜਾਂਦੀ ਹੈ। ਇਹ ਸਭ ਗਲਤ ਹੈ, ਸਭ ਅੰਧ ਵਿਸ਼ਵਾਸ ਹੈ ਜੀ। ਜੋ ਸਹੀ ਮੈਨੇ ਵਿੱਚ ਦੇਖਿਆ ਜਾਏ ਤਾਂ ਪ੍ਰੋਪਰ ਜੋ ਟ੍ਰੀਟਮੈਂਟ ਹੈ ਡਾਕਟਰ ਤੋਂ, ਜੋ ਐਜੂਕੇਟਡ ਡਾਕਟਰ ਹੈ ਉਹਦੇ ਤੋਂ ਹੀ ਟ੍ਰੀਟਮੈਂਟ ਲੈਣਾ ਚਾਹੀਦਾ, ਕਦੇ ਬਿਮਾਰੀਆਂ ਠੀਕ ਹੁੰਦੀਆਂ, ਕਦੇ ਵੀ ਕੋਈ ਬਿਮਾਰੀ ਠੀਕ ਨਹੀਂ ਹੋ ਸਕਦੀ। ਇਹ ਸਾਰਾ ਇਕੱਠ ਹੁਣ ਜਦੋਂ ਲੋਕ ਇਕੱਠੇ ਹੋਏ ਨਾ, ਅਲਟੀਮੇਟਲੀ ਕੁਛ ਦਿਨਾਂ ਬਾਰੇ ਸਾਰਾ ਖਤਮ ਹੋ ਜਾਏਗਾ। ਬਿਲਕੁਲ, ਲੇਕਿਨ ਡਾਕਟਰ ਸੁਮਨ ਕਿਤੇ ਨਾ ਕਿਤੇ ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਜਿਸ ਤਰ੍ਹਾਂ ਲੋਕ ਇੱਕਦਮ ਦਾਅਵੇ ਨਾਲ ਕਹਿ ਰਹੇ ਕਿ ਉਹਨਾਂ ਦੀ ਬਿਮਾਰੀਆਂ ਠੀਕ ਹੋ ਰਹੀਆਂ ਨੇ ਆਸ਼ੀਰਵਾਦ ਲੈਣ ਤੋਂ ਬਾਅਦ, ਇਹਨੂੰ ਦੇਖ ਕੇ ਕੀ ਕਿਹਾ ਜਾ ਸਕਦਾ ਹੈ? ਨਹੀਂ ਨਹੀਂ ਨਹੀਂ, ਇਹ ਸਾਈਕੋਲੋਜੀਕਲੀ ਲੱਗਦਾ ਆਪਾਂ ਨੂੰ। ਦੇਖੋ, ਆਪਾਂ ਕਿਸੇ ਮੰਦਿਰ ਵਿੱਚ ਜਾਂਦੇ ਹਾਂ, ਪਰਮਾਤਮਾ ਦਾ ਘਰ ਹੈ ਮੰਦਿਰ, ਠੀਕ ਹੈ, ਉੱਥੇ ਕੋਈ ਹੱਥ ਨਹੀਂ ਰੱਖਿਆ ਜਾਂਦਾ, ਕੋਈ ਕੁਛ ਨਹੀਂ, ਪਰਮਾਤਮਾ ਦਾ ਆਸ਼ੀਰਵਾਦ ਜਿਹੜਾ ਹੁੰਦਾ, ਬਲੈਸਿੰਗਸ ਹੁੰਦੀਆਂ, ਉਹ ਚੀਜ਼ ਹੋਰ ਹੈ। ਉਹ ਇੱਕ ਸਾਇੰਸ ਨਾਲ ਜੁੜੀ ਹੋਈ ਹੈ, ਉਹ ਵੀ ਪੋਜ਼ਿਟਿਵਿਟੀ ਚ ਜੁੜੀ ਹੋਈ ਹੈ। ਇਹਦੇ ਵਿੱਚ ਲੋਕਾਂ ਦੇ ਮਨ ਤੇ ਸਾਈਕੋਲੋਜੀਕਲ ਹੈ। ਮੈਂ ਉੱਥੇ ਚਲਾ ਕੇ ਦੇਖੋ, ਆਪਾਂ ਸੋਚਦੇ ਹਾਂ ਕੋਈ ਪੇਸ਼ੈਂਟ ਹੈ, ਕੋਈ ਬੈਠਾ, ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹੈ, ਉਹ ਸੋਚਦਾ ਮੈਨੂੰ ਅੱਜ ਬਿਮਾਰੀ ਹੋ ਗਈ, ਤਾਂ ਉਸ ਉਹਨੂੰ ਆਟੋਮੈਟਿਕਲੀ ਲੱਗਦਾ ਕਿ ਮੈਨੂੰ ਸੱਚਮੁੱਚ ਬਿਮਾਰੀ ਹੋ ਗਈ। ਅਸੀਂ ਜੋ ਸਟੱਡੀ ਕਰਦੇ ਸੀ, ਪੜ੍ਹਦੇ ਸੀ, ਜੋ ਸਟੂਡੈਂਟ ਸੀਗੇ, ਅਸੀਂ ਜੋ ਬਿਮਾਰੀਆਂ ਪੜ੍ਹਦੇ ਸੀ, ਸਾਨੂੰ ਸੱਚਮੁੱਚ ਇਹ, ਮੈਂ ਤੁਹਾਨੂੰ ਸੱਚਾਈ ਦੱਸਦੀ ਹਾਂ, ਸਾਨੂੰ ਲੱਗਦਾ ਸੀ ਸਾਨੂੰ ਹੀ ਬਿਮਾਰੀ ਹੈ, ਇਫੈਕਟ ਹੈ ਇਹ, ਪਰ ਏਦਾਂ ਨਹੀਂ ਹੁੰਦਾ। ਉਹ ਲੋਕ ਸੋਚਦੇ ਆ ਅਸੀਂ ਚਲੇ ਗਏ, ਅਸੀਂ ਸਾਈਕੋਲੋਜੀਕਲੀ ਠੀਕ ਹੋ ਗਏ, ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਜੀ ਡਾਕਟਰ ਸੁਮਨ, ਤੁਸੀਂ ਸਾਡੇ ਨਾਲ ਬਣੇ ਰਹੋ, ਸਾਡੇ ਨਾਲ ਇੱਕ ਕਾਲਰ ਵੀ ਜੁੜ ਗਏ ਨੇ, ਉਹਨਾਂ ਤੋਂ ਵੀ ਸਵਾਲ ਲਾਂਗੇ। ਸਾਡੇ ਨਾਲ ਹਰਦਿਆਲ ਸਿੰਘ ਜੁੜ ਗਏ ਨੇ। ਹਰਦਿਆਲ, ਤੁਹਾਡਾ ਕੀ ਕਹਿਣਾ ਇਸ ਅੰਧ ਵਿਸ਼ਵਾਸ ਦਾ? ਇਹ ਖੇਡ ਜੋ ਫਾਜ਼ਿਲਕਾ ਚ ਖੇਡਿਆ ਜਾ ਰਿਹਾ, 4 ਸਾਲ ਦੀ ਮਹਿਜ਼ ਬੱਚੀ, ਉਹ ਇਸ ਤਰ੍ਹਾਂ ਨਾਲ ਲੋਕ ਆਸ਼ੀਰਵਾਦ ਲੈ ਕੇ ਠੀਕ ਹੋ ਰਹੇ ਨੇ? ਮੈਮ, ਇਹ ਹੈ ਤਾਂ ਅੰਧ ਵਿਸ਼ਵਾਸ, ਪਰ ਜਦੋਂ ਇਨਸਾਨ ਸਾਰੇ ਬੰਨਿਆਂ ਤੋਂ ਹਾਰ ਜਾਵੇ ਫਿਰ ਉਹ ਕੀ ਕਰੇ? ਕਿਉਂਕਿ ਡਾਕਟਰ ਡਾਕਟਰ ਪੇਸ਼ਾ ਜਿਹੜਾ ਅੱਜ ਬਣ ਚੁੱਕਿਆ ਵਾ, ਇਹ ਸਿਰਫ ਅਸੀਂ ਵੀ ਕਹਿੰਦੇ ਵੀ ਸਾਰੇ ਡਾਕਟਰ ਮਾੜੇ ਹੁੰਦੇ ਜਾਂ ਸਾਰੇ ਡਾਕਟਰ ਹੀ ਇਸ ਬੰਨੇ ਤੁਰ ਰਹੇ ਨੇ ਪੈਸਿਆਂ ਲਈ, ਪਰ ਬਹੁਤ ਹੱਦ ਤੱਕ ਡਾਕਟਰ ਐਸੇ ਨਹੀਂ ਜਿਹੜੇ ਸਿਰਫ ਤੇ ਸਿਰਫ ਪੈਸਾ ਕਮਾਉਣ ਦੇ ਲਈ। ਤੁਸੀਂ ਇਹ ਕਹੋਗੇ ਕਿ ਜੋ ਡਾਕਟਰਸ ਹੈ ਉਹ ਪੇਸ਼ੈਂਟ ਨੂੰ ਠੀਕ ਨਹੀਂ ਕਰ ਪਾਉਂਦੇ? ਜੀ, ਸਾਡੇ ਬਟਾਲੇ ਦੇ ਵਿੱਚ ਕੋਈ ਦਿਨ ਪਹਿਲਾਂ ਦੀ ਖਬਰ ਸ਼ਾਇਦ ਤੁਸੀਂ ਚੈਨਲ ਤੇ ਚਲਾਈ ਸੀ, ਇੱਕ ਡਾਕਟਰਾਂ ਨੇ ਇੱਕ ਮਰੀਜ਼ ਦੇ ਪੇਟ ਦੇ ਵਿੱਚ ਤੌਲੀਆ ਛੱਡ ਦਿੱਤਾ ਜੀ। ਉੱਥੇ ਵੀ ਕੀ ਲਾਪਰਵਾਹੀ ਡਾਕਟਰ ਦੀ ਸਾਹਮਣੇ ਆਈ ਸੀ ਜੀ। ਲਾਪਰਵਾਹੀ ਹੋ ਜਾਂਦੀ ਹੈ ਡਾਕਟਰਾਂ ਕੋਲ, ਫਿਰ ਲੋਕ ਜਦੋਂ ਸਭ ਮੰਨੇ ਤੋਂ ਹਾਰ ਜਾਂਦੇ ਫਿਰ ਇਸ ਬੰਨੇ ਜਾਂਦੇ ਆ ਜੀ ਜੀ। ਪਰ ਆਖਰ ਦੇ ਵਿੱਚ ਤਾਂ ਕੋਈ ਹੱਲ ਕੋਈ ਰਹਿ ਨਹੀਂ ਜਾਂਦਾ ਕਿਸੇ ਦੇ ਕੋਲ ਵੀ ਜੀ। ਤੇ ਤੁਹਾਡਾ ਮੰਨਣਾ ਹੈ ਕਿ ਜੋ ਇਹ ਅੰਧ ਵਿਸ਼ਵਾਸ ਦਾ ਖੇਡ ਖੇਡਿਆ ਜਾ ਰਿਹਾ, 4 ਸਾਲ ਦੀ ਬੱਚੀ ਤੋਂ ਜੋ ਲੋਕ ਠੀਕ ਹੋ ਰਹੇ ਨੇ, ਤੁਹਾਡੇ ਹਿਸਾਬ ਨਾਲ ਇਹ ਸਹੀ ਹੋ ਰਿਹਾ? ਸਹੀ ਨਹੀਂ ਹੋ ਰਿਹਾ ਮੈਮ, ਬਟ ਲੋਕ ਜਦੋਂ ਮੈਂਟਲੀ ਜੋ ਇਸ ਗੱਲ ਲਈ ਹੋ ਜਾਂਦੇ ਵੀ ਹੁਣ ਸਾਰੇ ਰਾਹ ਤਾਂ ਦੇਖ ਲਏ, ਪੈਸੇ ਖਰਚ ਕੇ ਦੇਖ ਲਏ ਜੀ, ਤਾਂ ਇਹ ਵੀ ਦੇਖ ਲੈਂਦੇ ਕਰਕੇ ਸ਼ਾਇਦ ਹੋ ਜਾਵੇ ਨਾ। ਕੋਈ ਸਾਨੂੰ ਇਸ ਤਰ੍ਹਾਂ ਸੁਜੈਸਟ ਹੀ ਕਰਦਾ ਵੀ ਤੁਸੀਂ ਆਹ ਟ੍ਰੀਟਮੈਂਟ ਲਓ, ਕਿਉਂਕਿ ਸਾਡੀ ਜਿਹੜੀ ਵਿਵਸਥਾ ਬਣ ਚੁੱਕੀ ਹੈ ਨਾ, ਜਿਹੜੀ ਸਾਡੀ ਉਪਚਾਰ ਦੀ ਜਾਂ ਸਾਡੀ ਟ੍ਰੀਟਮੈਂਟ ਦੀ ਵਿਵਸਥਾ ਬਣ ਚੁੱਕੀ ਹੈ ਡਾਕਟਰਾਂ ਦੀ, ਡਾਕਟਰ ਸਿਰਫ ਤੇ ਸਿਰਫ ਸਾਨੂੰ ਇੱਕ ਮੈਡੀਸਿਨ ਦੇ ਉੱਤੇ ਲਿਖ ਕੇ ਦੇ ਦਿੰਦੇ ਵੀ ਆਹ ਮੈਡੀਸਿਨ ਤੁਸੀਂ ਇਸ ਮੈਡੀਕਲ ਸਟੋਰ ਤੋਂ ਲੈ ਲਓ ਜੀ, ਤੁਸੀਂ ਠੀਕ ਹੋ ਜਾਓਗੇ। ਜ਼ਿਆਦਾਤਰ ਇਹੋ ਹੀ ਹੁੰਦਾ ਨਾ ਜੀ, ਜਿੰਨਾ ਜਿੰਨਾ ਵੀ ਅਸੀਂ ਲੈਂਦੇ ਹਾਂ ਟ੍ਰੀਟਮੈਂਟ, ਉਹ ਜ਼ਿਆਦਾ ਹੱਦ ਤੱਕ ਤੁਹਾਨੂੰ ਦੱਸਦੇ ਨੇ ਤੁਹਾਨੂੰ ਇਸ ਬਿਮਾਰੀ ਤੋਂ ਬਚਣ ਲਈ ਕੀ ਹੱਲ ਕਰਨਾ ਚਾਹੀਦਾ। ਮੇਰੀ ਖੁਦ ਕਿਡਨੀ ਦਾ ਪ੍ਰੋਬਲਮ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ।